ਸਤਿ ਸ਼੍ਰੀ ਅਕਾਲ ਬੱਚੋ, ਕਿੱਦਾਂ? ਠੀਕ ਹੋ? ਜਮਾਤ ਪੰਜਵੀਂ ਕੱਲ ਅਸੀਂ ਕੀਤਾ ਸੀ। ਊੜਾ, ਐੜਾ, ਈੜੀ, ਸੱਸਾ। ਸੱਸਾ ਸ਼ੇਰ ਹੈ। ਜਦ ਅਸੀਂ ਇੱਥੇ ਬਿੰਦੀ ਲਾ ਦਾਂਗੇ, ਸੱਸਾ ਸ਼ੇਰ ਬਣੂਗਾ। ਅਜੇ ਬਿੰਦੀ ਨਹੀਂ ਲਾਈ ਤਾਂ ਫਿਰ ਹੁੰਦਾ ਸਸਾ ਸਲੇਟ। ਸਮਝ ਗਏ ਬੱਚੋ? ਸਲੇਟ ਔਰ ਸਸੇਰ। ਹਾਂ, ਹਾਥੀ। ਇਹ ਕੱਲ੍ਹ ਮੈਂ ਲਿਖਾਇਆ ਸੀ ਤੁਹਾਨੂੰ, ਤੇ ਆਸ ਕਰਦਾ ਤੁਸੀਂ ਲਿਖ ਵੀ ਲਏ ਹੋਵੋਗੇ। ਤੋ ਅੱਜ ਮੈਂ ਤੁਹਾਨੂੰ ਅਗਲੀ ਲਾਈਨ ਕਰਾਵਾਂਗਾ, ਜਿਹੜੀ ਹੈ ਕੱਕਾ खा, गग्गा, कगा, इया। कक्का, खका, गग्गा, कगा, इया। कका कबूतर, खका खरगोश, गग्गा गमला, कगा घर, इया खाली। मैं तुहानू व्हाट्सएप कीती हुई है फोटो, उस भी है सारे शब्द ने, ਉੱਚੀ ਵੀ ਦੇਖ ਕੇ ਤੁਸੀਂ ਰਿਵੀਜ਼ਨ ਕਰ ਰਹੀ ਹੈ ਕਿ ਉੱਥੇ ਕਿਹੜੇ ਕਿਹੜੇ ਸ਼ਬਦ ਦਿੱਤੇ ਗਏ ਉਹਨਾਂ। ਚੰਗੀ ਤਰ੍ਹਾਂ ਸਾਫ ਸਾਫ ਕਾਪੀਆਂ 'ਚ ਲਿਖ ਰਹੀ ਹੈ। 6 ਲਾਈਨਾਂ, 6 ਲਾਈਨਾਂ ਕਿੰਨੀਆਂ? 6 ਲਾਈਨਾਂ ਲਿਖਣੀਆਂ ਚੰਗੀ ਤਰ੍ਹਾਂ ਸਾਫ ਸਾਫ। ਇਹ ਕੱਕਾ ਹਿੰਦੀ 'ਚ ਕਾ ਬੋਲਦੇ ਨੇ, ਹਿੰਦੀ 'ਚ ਇਹਨੂੰ ਖਾ ਬੋਲਦੇ ਨੇ, ਇਹਨੂੰ ਗਾ ਦਾ ਗਾਈ ਬੋਲਦੇ ਬੇਟਾ, ਗਾ ਗਮਲਾ, ਗਾ ਘਰ। ਜਾਂ ਖਾਲੀ ਕਿੱਦਾਂ ਪਈ? या खाली का खा गा गाया। ऐ 5 लाइना पंजाबी दी लिखनी ते 5 लाइना हिंदी दी लिखनी है। घर च रहना, बाहर नहीं जाना बेटा।